हे गाइस, वेलकम टू माय यूट्यूब चैनल शैली मैजिक वर्ल्ड। अज करतार सिंह सराभे का जन्म दिहाड़ा है, जिसके टॉपिक ते असी एक प्रचार मीटिंग रखी है। और यह मीटिंग असी कॉलेज दे विच पंजाब स्टूडेंट यूनियन वाले रखी है, जो कि विद्यार्थियों नू करतार सिंह सराभे बारे दस सकीए। ਜਿਹਦੇ 'ਚ ਉਹਨਾਂ ਦੇ ਵਿੱਚ ਆਜ਼ਾਦੀ ਦੀ ਇੱਕ ਭਾਵਨਾ ਜਿਹੜੀ ਹੋ ਜਾ, ਸਮਾਜ ਦੇ ਹਾਲਾਤਾਂ ਬਾਰੇ ਉਹਨਾਂ ਨੂੰ ਪਤਾ ਲੱਗਿਆ ਬਹੁਤ ਮਾੜੇ ਹਾਲਾਤ ਉਸ ਟਾਈਮ ਵੀ, ਜਿਵੇਂ ਅੱਜ ਜਿਹੜਾ ਦੌਰ ਚੱਲਦਾ ਗਾ ਤਾਂ ਦੇਸ਼ਾਂ ਨੂੰ ਜਾਣ ਦਾ ਜਿਹੜਾ ਇੱਕ ਦੌਰ ਚੱਲ ਰਿਹਾ। ਪੰਜਾਬੀ ਜਿਹੜੇ ਉਸ ਟਾਈਮ ਅਤੇ ਉਹ ਬਹੁਤ ਮਤਲਬ ਵੀ ਆਪਣੇ ਪਰਿਵਾਰ ਦੇ ਵਿੱਚ ਗਏ, ਤਾਂ ਉਹਨਾਂ ਨੇ ਜਿਹੜਾ ਆਪਣੀ ਦਸਵੀਂ ਦੀ ਜਿਹੜੀ ਵਿੱਦਿਆ ਹੋਣੀ ਉਸ ਤੋਂ ਬਾਅਦ ਉਹਨਾਂ ਨੇ ਸੋਚਿਆ ਵੀ ਅਮੈਰੀਕਾ ਜਾ ਕੇ ਅਮੈਰੀਕਨ ਵਰਕ ਯੂਨੀਵਰਸਿਟੀ ਦੇ ਵਿੱਚ ਆਪਣੀ ਜਿਹੜੀ ਆ ਉਹ ਅਗਲੀ ਜਿਹੜੀ ਪੜ੍ਹਾਈ ਆ ਉਹ ਕਰੀ। ਜਦੋਂ ਅਮੈਰੀਕਾ ਜਾਂਦੇ ਨੇ ਗੇ ਤਾਂ ਜਦੋਂ ਅਮੈਰੀਕਾ ਜਹਾਜ਼ ਉਤਰਦੇ ਨੇ ਉੱਥੇ ਉਹਨਾਂ ਦੀ ਪੁੱਛ ਪਿੱਛ ਭਾਰਤੀਆਂ ਨੂੰ ਕਹਿੰਦੇ ਪੁੱਛ ਪਿੱਛ ਹੋ ਰਹੀ ਸੀ ਰੱਬ ਤੁਸੀਂ ਕੀ ਕਰਨਾ ਕੀ ਮਤ ਕਰਨਾ ਸਾਰਾ ਕੁਝ ਜਿਹੜਾ ਜਾਣਿਆ ਤਾਂ ਉਹਨਾਂ ਨੂੰ ਇਹ ਲੱਗਦਾ ਵੀ ਇਹ ਹੁਣ ਗੁਲਾਮੀ ਦਾ ਜਿਹੜਾ ਪ੍ਰਤੀਕ ਆ ਇਹ ਸੀ ਗੁਲਾਮ। ਉਹ ਤੋਂ ਪਹਿਲਾਂ ਇਕੱਲੇ ਭਾਰਤੀ ਨੂੰ ਪੁੱਛਿਆ ਜਾਂਦਾ ਤੁਸੀਂ ਗੁਲਾਮ ਮੁਲਕ 'ਚੋਂ ਆਏ ਹੋ, ਕਿਹਦੇ ਬਾਰੇ ਜਾਣਨਾ ਜਿਹੜਾ ਸਾਡੇ ਲਈ ਬਹੁਤ ਜ਼ਰੂਰੀ ਆ। ਜਦੋਂ ਯੂਨੀਵਰਸਿਟੀ ਦੇ ਵਿੱਚ ਉਹ ਦਾਖਲਾ ਲੈਂਦੇ ਨੇ ਤਾਂ ਉਹਨਾਂ ਦੀ ਉੱਥੇ ਮੁਲਾਕਾਤ ਹੈ ਜਿਹੜੀ ਉਹਨਾਂ ਦੀ ਜਿਹੜੇ ਆ ਬਾਬਾ ਜਿਹੜਾ ਜਵਾਲ ਸਿੰਘ ਉਹਨਾਂ ਦੇ ਨਾਲ ਜਦੋਂ ਉਹਨਾਂ ਦੀ ਮੁਲਾਕਾਤ ਹੁੰਦੀ ਆ ਤਾਂ ਉਸ ਟਾਈਮ ਦੇ ਵਿੱਚ ਜਿਹੜੇ ਉਹਨਾਂ ਆਪਣੇ ਪੰਜਾਬ ਦੇ ਵਿੱਚੋਂ ਲੋਕ ਜਾਂਦੇ ਸੀ ਉੱਥੇ ਮਜ਼ਦੂਰੀ ਕਰਦੇ, ਇਸ ਕਰਕੇ ਸਾਰੇ ਮਜ਼ਦੂਰੀ ਕਰਨ ਦੇ ਲਈ ਆਉਂਦੇ, ਅੱਜ ਵੀ ਮਜ਼ਦੂਰੀ ਕਰਨ ਦੇ ਲਈ ਆਉਂਦੇ। ਉੱਥੇ ਉਹਨਾਂ ਨੂੰ ਮਜ਼ਦੂਰੀ ਕਰਨ ਲਈ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਆਉਂਦੀਆਂ, ਤਾਂ ਕਰਕੇ ਉਹਨਾਂ ਨੂੰ ਉਹਨਾਂ ਸਮੱਸਿਆਵਾਂ ਦੇ ਵਿੱਚੋਂ ਇਹ ਲੱਗਿਆ ਵੀ ਸਾਨੂੰ ਸਾਡੇ ਦੇਸ਼ ਲਈ ਜਿਹੜਾ ਦੇਸ਼ ਨੂੰ ਆਜ਼ਾਦ ਕਰਾਉਣਾ ਚਾਹੀਦਾ। ਆਜ਼ਾਦੀ ਦੀ ਭਾਵਨਾ ਉਹਨਾਂ 'ਚ ਅੱਜ ਵੀ ਆਜ਼ਾਦੀ ਹੁੰਦੀ ਕੀ ਆ, ਜਦੋਂ ਉਹਨਾਂ ਨੇ ਉੱਥੇ ਲੋਕਾਂ ਦਾ ਬਾਰੇ ਦੇਖਿਆ ਵੀ ਯਾਰ ਸਾਡਾ ਮੁਲਕ ਗੁਲਾਮ ਆ, ਤਾਂ ਕਰਕੇ ਸਾਨੂੰ ਦੇਸ਼ ਲਈ ਧੱਕੇ ਖਾਣੇ ਪੈਂਦੇ ਨੇ, ਸਾਨੂੰ ਇੱਥੇ ਦੀ ਜਿਹੜੀ ਆ ਉਹ ਗੁਲਾਮੀ ਛੱਡਣੀ ਪੈਂਦੀ ਆ ਅਤੇ ਸਾਡੇ ਭਾਰਤ ਦੇ ਚਲੇ ਜਾਂਦੇ। ਉਹਨਾਂ ਨੇ ਇੱਕ ਨਿਰਣਾ ਲੈ ਲਿਆ ਵੀ ਅਸੀਂ ਸਾਡੇ ਦੇਸ਼ ਨੂੰ ਆਜ਼ਾਦ ਕਰਨਾ, ਗਾਦਰ ਪਾਰਟੀ ਬਣਾਈ। ਗਾਦਰ ਪਾਰਟੀ ਦੇ ਵਿੱਚ ਕਰਤਾਰ ਸਿੰਘ ਸਰਾਭੇ ਨੂੰ ਮਿਲਿਆ, ਬਹੁਤ ਛੋਟੀ ਉਮਰ ਦਾ ਹੋਣ ਕਰਕੇ ਉਸ ਟਾਈਮ ਉਹਨਾਂ ਦੀ ਹੋਈ 16 ਸਾਲ ਦੀ ਸੀ, ਤਾਂ ਬਹੁਤ ਛੋਟੀ ਉਮਰ ਦਾ ਹੋਣ ਕਰਕੇ ਉਹਨਾਂ ਨੂੰ ਸਿਰਫ ਮੈਂਬਰ ਰੱਖਿਆ। ਪਰ ਕਰਤਾਰ ਸਿੰਘ ਸਰਾਭੇ ਦੇ ਵਿੱਚ ਜੋ ਸੀ, ਕਰਤਾਰ ਸਿੰਘ ਸਰਾਭੇ ਦੇ ਵਿੱਚ ਉਹਦੀ ਭਾਵਨਾ ਸੀ ਜਾਂ ਉਹਦੀ ਇੱਛਾ ਸੀ ਜਾਂ ਉਹਦੀ ਸਮਝ ਸੀ, ਉਹਦੀ ਕੁਰਤੀ ਕਹਿ ਸਕਦਾ, ਉਹਦੇ ਵਿੱਚ ਐਨਰਜੀ ਇੰਨੀ ਸੀਗੀ ਕਿ ਉਹ ਬਹੁਤ ਵੱਡੇ ਕੰਮ ਨੂੰ ਬਹੁਤ ਜਲਦੀ ਅਤੇ ਬਹੁਤ ਸੌਖੇ ਤਰੀਕੇ ਨਾਲ ਕਰਦੀ। ਕਰਤਾਰ ਸਿੰਘ ਸਰਾਭੇ ਨੂੰ ਜਦੋਂ ਗਾਦਰ ਪਾਰਟੀ ਦੇ ਨਾਮ ਦਿੱਤਾ ਗਿਆ ਤਾਂ ਉਹਨਾਂ ਨੇ ਜਿਹੜੀ ਆਪਣੀ ਯੂਨੀਵਰਸਿਟੀ ਨੇ ਪੜ੍ਹਾਈ ਆ ਉਹ ਸਾਰੀ, ਮੈਂ ਕਿਹਾ ਵੀ ਅਸੀਂ ਗਾਦਰ ਪਾਰਟੀ ਨੂੰ ਜਿਹੜਾ ਹੋਰ ਵਿਸ਼ਾਲ ਬਣਾਵਾਂਗੇ। ਉਹਦਾ ਇੱਕ ਅਖਬਾਰ ਕੱਢਿਆ ਜਾਂਦਾ ਸੀਗਾ ਗਾਦਰਾ, ਗਾਦਰਾ ਅਖਬਾਰ ਜਿਹੜਾ ਪੰਜਾਬੀ 'ਚ ਵੀ ਛਪਦਾ ਸੀ, ਉਰਦੂ ਵੀ ਛਪਦਾ, ਹਿੰਦੀ ਵੀ ਛਪਦਾ ਸੀਗਾ। ਉਹਦੀ ਸਾਰੀ ਜਿਹੜੀ ਜ਼ਿੰਮੇਵਾਰੀ ਹੁੰਦੀ ਸੀ ਕਰਤਾਰ ਸਿੰਘ ਸਰਾਭੇ ਦੀ, ਉਹਨੂੰ ਦੇਖਣਾ ਵੀ ਹੁੰਦਾ ਕੰਮ ਸੀਗਾ, ਉਹਨੂੰ ਛਾਪਣਾ ਸੀ, ਸਭ ਪਹਿਲਾਂ ਘਰ ਜਾਂਦੇ ਸੀ ਜਿਵੇਂ ਆਪਣੀ ਟੋਕੇ ਵਾਲੀ ਮਸ਼ੀਨ ਹੁੰਦੀ ਹੈਗੀ, ਉਹ ਟੋਕੇ ਵਾਲੀ ਮਸ਼ੀਨ ਦੀ ਤਰ੍ਹਾਂ ਇੱਕ ਜਿਹੜੀ ਛਾਪਾ ਖਾਨਾ ਮਸ਼ੀਨ ਹੁੰਦੀ ਹੈ, ਉਹਦੇ ਨਾਲ ਉਹਨੂੰ ਛਾਪਿਆ ਜਾਂਦਾ ਸਾਰਾ ਸਾਰਾ ਦਿਨ ਜਿਹੜਾ ਉਹਨੂੰ ਗੇੜ ਕੇ ਛਾਪਿਆ ਜਾਂਦਾ। ਤਾਂ ਕਰਤਾ ਇੱਕ ਛੋਟੀ ਉਮਰ ਦਾ ਜਿਹੜਾ ਬਾਲਗ ਹੈ ਇੰਨੀ ਜਿਹੜੀ ਜਿਹਦੇ ਵਿੱਚ ਸਪੈਸ਼ਲ ਹੋਵੇ, ਜਿਹਦੇ ਵਿੱਚ ਲਿਖਣ ਦੀ ਇੰਨੀ ਜਿਹੜੀ ਆ ਉੱਚੀ ਹੋਵੇ, ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਮੈਗਜ਼ੀਨ ਜਿਹੜੇ, ਤਾਂ ਕਰਕੇ ਆਪਾਂ ਉਹ ਵਿਦਿਆਰਥੀ ਹੋਵੇ ਉਹਨਾਂ ਨੇ ਦੇਸ਼ ਦੇ ਰਸਤੇ ਦਾ ਜੋ ਨਜ਼ਰੀਆ ਸੀ ਗਦਰ ਪਾਰਟੀ ਦੇ ਵਿੱਚ ਉਹਨਾਂ ਨੇ ਉਹ ਕੰਮ ਕਰਨਾ ਸ਼ੁਰੂ ਕੀਤਾ। ਪੰਜ ਦੇ ਵਿੱਚ ਪਹਿਲਾਂ ਯੁੱਧ ਲੱਗਿਆ, ਉਹਨਾਂ ਨੇ ਸੋਚਿਆ ਵੀ ਪਹਿਲਾਂ ਯੁੱਧ ਸਮੇਂ ਜਰਮਨੀ ਅਤੇ ਜਿਹੜਾ ਇੰਗਲੈਂਡ ਦੀ ਜਿਹੜੀ ਆ ਯੁੱਧ ਹੋਣਾ ਗਾ, ਉਸ ਟਾਈਮ ਜਿਹੜੀ ਆ ਹਕੂਮਤ ਜਿਹੜੀ ਆ ਕਮਜ਼ੋਰ ਹੋ, ਉਹਨਾਂ ਸੋਚਿਆ ਵੀ ਅਸੀਂ ਆਪਣੇ ਦੇਸ਼ ਨੂੰ ਆਜ਼ਾਦ ਕਰਵਾ ਦਿੱਤਾ, ਅਤੇ ਜਦੋਂ ਉਹ ਉੱਥੋਂ ਆਉਂਦੇ ਆ ਕੰਮਾਂ ਘਾਟਾਂ ਮਾਮਲੇ ਦੀ ਘਟਨਾ ਹੁੰਦੀ ਸਾਰਿਆਂ ਨੂੰ, ਉੱਥੋਂ ਆਉਂਦੇ ਆ ਜਦੋਂ ਸਾਡੇ ਗਦਰੀਆਂ ਨੂੰ ਜਿਹੜਾ ਫੜਿਆ ਜਾਂਦਾ, ਪਰ ਕਰਤਾਰ ਸਿੰਘ ਸਰਾਭਾ ਕਿਸੇ ਨਾ ਕਿਸੇ ਉਹਦੇ ਸਾਥੀ ਜਿਹੜੇ ਸੀਗੇ ਉਹ ਕੰਮਾਂ ਘਾਟਾਂ ਮਾਮਲੇ ਜਹਾਜ਼ ਰਾਹੀਂ ਨਹੀਂ ਹੋਰ ਤੋਂ ਸ਼੍ਰੀਲੰਕਾ ਕਣੀ ਜੀ ਘੁੰਮ ਕੇ ਉਹ ਪੰਜਾਬ ਪਹੁੰਚ ਗਏ, ਅਤੇ ਉਹ ਜਿਹੜੇ ਜਿੰਨੇ ਕੁ ਵੀ ਸਾਥੀ ਹੁੰਦੇ ਆ ਉਹ ਗਦਰ ਲੈਣ ਦਾ ਜਿਹੜਾ ਪ੍ਰਚਾਰ ਕਰਨਾ ਲੋਕਾਂ ਦੇ ਵਿੱਚ ਸ਼ੁਰੂ ਕਰ ਦਿੰਦੇ ਆ। ਉਹਨਾਂ ਨੇ ਮੈਗਜ਼ੀਨ ਉਹਨਾਂ ਦੀਆਂ ਲਿਖਤਾਂ ਜਿਹੜੀਆਂ ਹੁੰਦੀਆਂ ਕਵਿਤਾਵਾਂ ਬਹੁਤ ਸਾਰਾ ਕੁਝ ਉਹਨੂੰ ਲਿਖ ਕੇ ਮੈਗਜ਼ੀਨ ਦੇ ਰੂਪ ਦੇ ਵਿੱਚ ਸਮਾਜ ਦੇ ਵਿੱਚ ਵਿਚਰਨਾ ਸ਼ੁਰੂ ਕਰ ਦਿੰਦੇ ਆ। ਤਾਂ ਜਦੋਂ ਪੂਰੀ ਜਾਣਕਾਰੀ ਤੁਸੀਂ ਉਹਨਾਂ ਬਾਰੇ ਪੜ੍ਹਦੇ ਹੋ ਸਾਨੂੰ ਮਿਲਦੀ ਹੈ ਵੀ ਕਿਸ ਤਰੀਕੇ ਨਾਲ ਉਹ ਕੰਮ ਕਰਦੇ ਆ, ਕੰਮ ਦਾ ਤਰੀਕਾ ਕੀ ਸੀਗਾ, ਅਤੇ ਇੱਕ ਚੀਜ਼ ਸਾਨੂੰ ਸਿੱਖਣੀ ਚਾਹੀਦੀ ਆ, ਕਰਤਾਰ ਸਿੰਘ ਸਰਾਭੇ ਦੀ ਜਿੰਨੀ ਉਮਰ ਸੀ ਉਹਨਾਂ ਨੇ ਫੌਜੀ ਸੋਣੀਆਂ ਦੇ ਵਿੱਚ ਉਹਦਾ ਬਗਾਵਤ ਕਰਾ, ਇੱਕ ਵੀ ਕੋਈ ਅਜਿਹੀ ਘਟਨਾ ਨਹੀਂ ਮਿਲਦੀ ਜਿੱਥੇ ਕਰਤਾਰ ਸਿੰਘ ਸਰਾਭੇ ਨੇ ਕਿਸੇ ਨਾਲ ਮੁਲਾਕਾਤ ਕੀਤੀ ਹੋਵੇ, ਗੱਲਬਾਤ ਕੀਤੀ ਹੋਵੇ, ਅਤੇ ਉੱਥੋਂ ਉਹਨਾਂ ਨੂੰ ਜਵਾਬ ਮਿਲ ਗਿਆ। ਇੱਕ ਵਾਰ ਜਦੋਂ ਉਹ ਲੁਧਿਆਣੇ ਤੋਂ ਜਲੰਧਰ ਦਾ ਜਿਹੜਾ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸੀ, ਉੱਥੇ ਉਹਨਾਂ ਨੇ ਇੱਕ ਫੌਜੀ
ਪ੍ਰਣਾਲੀ ਦੀ ਆਪਣਾ ਮੁਲਾਕਾਤ ਜਿਹਦੇ ਲਈ ਅੰਗਰੇਜ਼ਾਂ ਦੇ ਜਿਹੜਾ ਜਿੱਥੇ ਹਥਿਆਰ ਹੁੰਦੇ ਸੀ ਉਹਦੀ ਅਤਾਖਾਨੇ ਦੀਆਂ ਚਾਬੀਆਂ ਹੁੰਦੀਆਂ ਤਾਂ ਅੰਗਰੇਜ਼ ਲੁਧਿਆਣੇ ਤੋਂ ਜਲੰਧਰ ਤੱਕ ਦਾ ਜਿੰਨਾ ਕੁ ਸਫ਼ਰ ਆ ਉਨੇ ਸਮੇਂ ਦੇ ਵਿੱਚ ਉਹਨੇ ਜਿੰਨੀ ਕੁ ਵੀ ਉਹਨਾਂ ਨੇ ਉਹਦੇ ਨਾਲ ਗੱਲਬਾਤ ਕੀਤੀ ਉਸ ਅਤੇ ਉਸ ਤੋਂ ਬਾਅਦ ਜਦੋਂ ਉਹ ਉਤਰੇ ਉੱਥੇ ਜਲੰਧਰ ਜਾ ਕੇ ਤਾਂ ਉਸ ਫੌਜੀ ਨੂੰ ਉਹਨੂੰ ਇਸ ਤਰ੍ਹਾਂ ਬਿਨਾਂ ਗੱਲ ਕੀਤੀ ਵੀ ਜਦੋਂ ਵੀ ਤੁਹਾਨੂੰ ਕੰਮ ਹੋਇਆ ਜਦੋਂ ਮਰਜ਼ੀ ਆ ਕੇ ਤੁਸੀਂ ਉਹ ਕਰ ਦਿੱਤਾ ਖਾਂਦੇ ਜਾਂ ਅਸੀਂ ਸੈਨਾ ਦੇ ਵਿੱਚ ਮੁਕਾਬਲ ਕਰਕੇ ਉਹਨੂੰ ਅਸੀਂ ਚਾਬੀਆਂ ਦਿੱਤੀਆਂ ਕਿੱਡੀ ਵੱਡੀ ਕੀ ਉਹਦੇ ਬਹੁਤ ਜ਼ਿਆਦਾ ਪੈਸਾ ਉਹਨੂੰ ਸਮਾਜ ਦੇ ਹਰ ਮਸਲੇ ਬਾਰੇ ਜੀ ਬਹੁਤ ਜ਼ਿਆਦਾ ਨੌਲੇਜ ਹੈ ਬਾਕੀਆਂ ਨਾਲੋਂ ਬਹੁਤ ਜ਼ਿਆਦਾ ਨੌਲੇਜ ਹੈ ਸਕੂਲ ਟਾਈਮ ਦੇ ਵਿੱਚ ਵੀ ਕਰਤਾਰ ਸਿੰਘ ਦਾ ਮੈਨੂੰ ਪੁੱਟਣਾ ਸੱਪ ਗਿਆ ਕਹਿੰਦੇ ਵੀ ਇਹਦਾ ਕੋਈ ਪਤਾ ਨਹੀਂ ਲੱਗਦਾ ਵੀ ਕਦੋਂ ਕਿੱਥੇ ਅਤੇ ਕਿਵੇਂ ਗਦਰ ਪਾਰਟੀ ਦੇ ਵਿੱਚ ਉਹਨਾਂ ਨੇ ਇਹ ਗੱਲ ਕਿਹਾ ਗਿਆ ਵੀ ਇਹਨਾਂ ਦਾ ਕੋਈ ਪਤਾ ਨਹੀਂ ਕਦੋਂ ਕਿੱਥੇ ਅਤੇ ਕਿਵੇਂ ਕਰਤਾਰ ਸਿੰਘ ਸਰਾਭਾ ਪਹੁੰਚੀ ਅਤੇ ਅੰਗਰੇਜ਼ਾਂ ਨੇ ਵੀ ਜਦੋਂ ਕਰਤਾਰ ਸਿੰਘ ਸਰਾਭੇ ਨੂੰ ਜਦੋਂ ਪਹੁੰਚੀ ਗਈ ਇਸ ਕਰਕੇ ਕਹਿੰਦੇ ਵੀ ਤੂੰ ਮਾਫ਼ੀ ਮੰਗ ਲਾ ਵਿਚਾਰ ਲਾ ਤੈਨੂੰ 4 ਘੰਟਾ ਦਾ ਸਮਾਂ ਦਿੰਦੇ ਆ ਜੇਕਰ ਤੂੰ ਮਾਫ਼ੀ ਮੰਗ ਲੈਣਾ ਤਾਂ ਤੈਨੂੰ ਅਸੀਂ ਦੱਸ ਦਿੰਦੇ ਦੇਸ਼ ਨੂੰ ਵੀ ਅਸੀਂ ਹੱਥ ਦੇ ਲਈ ਜੰਮੇ ਹਾਂ ਸਾਡਾ ਕੰਮ ਆ ਜਿਹੜਾ ਦੇਸ਼ ਨੂੰ ਯਾਦ ਕਰਾਉਣਾ ਦੇਸ਼ ਦੇ ਲੋਕਾਂ ਨੂੰ ਅਸੀਂ ਪ੍ਰੇਰਨਾ ਦੇਣਾ ਜੇਕਰ ਅੱਜ ਅਸੀਂ ਮਾਫ਼ੀ ਮੰਗ ਜਾਂਗੇ ਤਾਂ ਦੇਸ਼ ਦੇ ਲੋਕ ਦੇਸ਼ ਦੇ ਨੌਜਵਾਨ ਸਭ ਤੋਂ ਕੀ ਪ੍ਰੇਰਨਾ ਦੇਸ਼ ਦੇ ਨੌਜਵਾਨ ਕੀ ਹੋ ਸਕਦੇ ਕਰਤਾਰ ਸਿੰਘ ਸਰਾਭੇ ਤੋਂ ਬਾਅਦ ਕਰਤਾਰ ਸਿੰਘ ਸਰਾਭੇ ਤੋਂ ਪ੍ਰੇਰਨਾ ਲੈ ਕੇ ਅਸੀਂ ਭਗਤ ਸਿੰਘ ਕਰਤਾਰ ਸਿੰਘ ਸਰਾਭੇ ਜੀ ਦੀ ਫੋਟੋ ਆਪਣੀ ਜੇਬ ਦੇ ਵਿੱਚ ਰੱਖ ਲਓ ਗੁਰੂ ਮਹਾਰਾਜ ਇਹ ਪ੍ਰੇਰਨਾ ਜਿਹੜੀ ਆ ਸਾਡੇ ਸ਼ਹੀਦਾਂ ਤੋਂ ਕਰਤਾਰ ਸਿੰਘ ਸਰਾਭੇ ਤੋਂ ਭਗਤ ਸਿੰਘ ਲਈ ਭਗਤ ਸਿੰਘ ਤੋਂ ਅੱਗੇ ਜੀ ਅੱਗੇ ਅੱਗੇ ਜੀ ਜਿਹਦੇ ਸਾਡੇ ਸਮਾਜ ਵਿੱਚ ਬਹੁਤ ਸਾਰੇ ਲੋਕ ਇਸ ਕਰਕੇ ਸਾਡੇ ਲਈ ਉਹਨਾਂ ਦੇ ਜੀਵਨ 'ਤੇ ਮੇਰੇ ਜਿੰਨੀ ਕਿ ਅਸੀਂ ਗੱਲਬਾਤ ਕਰਨੀ ਆ ਜ਼ਿਆਦਾ ਸਮਾਂ 'ਚ ਸਾਨੂੰ ਜਿਹੜੀਆਂ ਪੜਕੇ ਲੱਗਣੀਆਂ ਇੰਨੀਆਂ ਗੱਲਾਂ ਨੇ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅਸੀਂ ਪੂਰੀਆਂ ਵਿਦੇਸ਼ ਦੇ ਵਿੱਚ ਨਹੀਂ ਕਰਦੇ ਜਿੰਨਾ ਵੀ ਜ਼ਿਆਦਾ ਪੜ੍ਹਾਂਗੇ ਸਾਡੇ 'ਚ ਪੜ੍ਹਨ ਦੀ ਰੁਚੀ ਪੈਦਾ ਹੋਊਗਾ ਅਸੀਂ ਉਹਨਾਂ ਦੇ ਜੀਵਨ ਬਾਰੇ ਬਹੁਤ ਜਾਣ ਸਕਦੇ ਮੇਨ ਜਿਹੜੀ ਉਹਨਾਂ ਦੇ ਜੀਵਨ ਦੇ ਵਿੱਚ ਕਰਤਾਰ ਸਿੰਘ ਸਰਾਭੇ ਨੇ ਸਾਡਾ ਜੀਵਨ ਜਿਹੜਾ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਿਖੇ ਅਤੇ ਉਸ ਤੋਂ ਬਾਅਦ ਪ੍ਰਬੰਧ ਕਿੱਦਾਂ ਦਾ ਗਦਰ ਪਾਰਟੀ ਦੀ ਕਾਬਜ਼ੀ ਵਿਚਾਰਧਾਰਾ ਸੀ ਉਹ ਚਾਹੁੰਦੇ ਸੀ ਵੀ ਇਸ ਸਮਾਜ ਦੇ ਵਿੱਚ ਇੱਕ ਪ੍ਰਬੰਧ ਹੋਣਾ ਚਾਹੀਦਾ ਜਿੱਥੇ ਜਿਹੜੀ ਆ ਕਿਸੇ ਵੀ ਮਨੁੱਖ ਦੀ ਲੁੱਟ ਨਹੀਂ ਉਹ ਬਰਾਬਰੀ ਹੋ ਪਹਿਲਾਂ ਗਦਰ ਪਾਰਟੀ ਨੂੰ ਜਿਹੜਾ ਗਦਰ ਪਾਰਟੀ ਦੇ ਵਿੱਚ ਇਹ ਵੀ ਕਿਹਾ ਜਾਂਦਾ ਵਾ ਹੈ ਨਾ ਵੀ ਕਿੰਨੀ ਇਹ ਸਿੱਖਾਂ ਦੀ ਪਾਰਟੀ ਗਦਰ ਪਾਰਟੀ ਦੇ ਉੱਤੇ ਕਿਸੇ ਧਰਮ ਦਾ ਜਿਹੜਾ ਠੱਕਾ ਲਾਉਣਾ ਇਹਨੂੰ ਵੀ ਅਸੀਂ ਜਾਇਜ਼ ਗਦਰ ਪਾਰਟੀ ਦੇ ਵਿੱਚ ਹਿੰਦੂ ਵੀ ਸੀ ਮੁਸਲਮਾਨ ਵੀ ਸੀ ਉਹ ਸਮੂਹ ਲੋਕਾਂ ਦੀ ਇੱਕ ਸਾਂਝੀ ਪਾਰਟੀ ਸੀਗੀ ਇਸ ਕਰਕੇ ਉਹਨਾਂ ਦਾ ਮਕਸਦ ਆਜ਼ਾਦੀ ਦਿਵਾਉਣਾ ਅਤੇ ਆਜ਼ਾਦੀ ਤੋਂ ਬਾਅਦ ਇੱਕ ਚੰਗਾ ਪ੍ਰਬੰਧ ਹੈ ਅਤੇ ਉਸ ਪ੍ਰਬੰਧ ਕੀ ਸੀਗਾ ਇਹਦੇ ਬਾਰੇ ਜਿਹੜੀ ਸਾਨੂੰ ਸਮਝ ਨਹੀਂ ਆਉਂਦੀ ਮੇਨ ਉਹਨਾਂ ਦਾ ਜੇਕਰ ਉਹਨਾਂ ਨੂੰ ਯਾਦ ਕਰਨ ਦਾ ਸਾਡਾ ਮਕਸਦ ਇਹੀ ਆ ਵੀ ਉਹਨਾਂ ਦੀ ਵਿਚਾਰਧਾਰਾ ਨੂੰ ਅਸੀਂ ਅੱਗੇ ਲੈ ਕੇ ਜਾਈਏ ਕਰਤਾਰ ਸਿੰਘ ਸਰਾਭੇ ਨੂੰ ਇਸ ਕਾਲਜ ਦੇ ਵਿਦਿਆਰਥੀਆਂ ਤੱਕ ਲੈ ਕੇ ਜਾਈਏ ਕਰਤਾਰ ਸਿੰਘ ਸਰਾਭਾ ਜੀ ਤਾਂ ਕਰਕੇ ਅੱਜ ਉਹਨਾਂ ਦੇ ਜੀਵਨ ਬਾਰੇ ਆਪਾਂ ਜਿਹੜੀ ਆ ਉਹ ਗੱਲਬਾਤ ਕਰਦੇ ਹਾਂ ਬਾਕੀ ਤੁਹਾਡੇ 'ਚੋਂ ਕੋਈ ਬਹੁਤ ਗੱਲਬਾਤ ਰੱਖ ਸਕਦਾ ਅਰਵਿੰਦਰ ਕੋਈ ਕਰਨਾ ਜਿਹੜੀਆਂ ਨੇ ਉਹ ਵੀ ਆਪਣੀਆਂ ਰੱਖੂਗੀ ਜਾਂ ਹੋਰ ਵੀ ਸਾਡੇ ਸਾਥੀ ਨੇ ਜਿਹੜੇ ਕਰਤਾਰ ਸਿੰਘ ਸਰਾਭੇ ਬਾਰੇ ਆਪਣੇ ਜਿੰਨੀ ਕੁ ਵੀ ਉਹਨਾਂ ਨੇ ਸਮਝ ਆ ਜੋ ਉਹਨਾਂ ਨੇ ਪੜ੍ਹਿਆ ਕਿਉਂਕਿ ਸਿਲੇਬਸ ਦੇ ਵਿੱਚ ਤਾਂ ਸਾਨੂੰ ਕਦੇ ਪੜ੍ਹਾਇਆ ਨਹੀਂ ਗਿਆ ਹੈਗਾ ਪਹਿਲਾਂ ਪੜ੍ਹਾਇਆ ਗਿਆ ਸਿੱਧੀਆਂ ਕਲਾਸਾਂ ਦੇ ਵਿੱਚ ਉਦੋਂ ਸਾਡੀ ਵੀ ਨਹੀਂ ਸਮਝ ਆਈ ਹੁੰਦੀ ਸੀ ਅਸੀਂ ਕਰਤਾਰ ਸਿੰਘ ਸਰਾਭਾ ਸਿਲੇਬਸ 'ਤੇ ਆਮ ਦੀ ਤਰ੍ਹਾਂ ਹੀ ਪੜ੍ਹਦੇ ਹੁੰਦੇ ਸੀਗੇ ਵਿੱਚ ਲੈਸਨ ਆ ਗਿਆ ਬੰਦਾ ਹੁੰਦਾ ਉਹਦੇ ਬਾਰੇ ਪੜ੍ਹਦਾ ਉਹਨੂੰ ਕੀ ਕੀਤਾ ਅਸੀਂ ਉਹ ਤੋਂ ਕੋਈ ਪ੍ਰਭਾਵਿਤ ਨਹੀਂ ਹੁੰਦੇ ਇਸ ਤਰੀਕੇ ਨਾਲ ਜਿੰਨਾ ਸਮਾਂ ਸਾਡੇ ਮਾਤਾ ਦੇ ਵਿੱਚ ਪਾਈ ਹੋਈ ਹੈ ਸਾਡੇ ਸ਼ਹੀਦਾਂ ਦਾ ਮਹੱਤਵ ਕੀ ਆ ਸਾਡੇ ਜਿਹੜੇ ਸ਼ਹੀਦ ਉਹਨਾਂ ਦੀ ਵਿਚਾਰਧਾਰਾ ਦਾ ਮਹੱਤਵ ਕੀ ਆ ਉਹਨਾਂ ਸਮਾਂ ਅਸੀਂ ਕਿਸੇ ਵੀ ਚੀਜ਼ ਨੂੰ ਜਿਹੜਾ ਚੰਗੇ ਤਰੀਕੇ ਨਾਲ ਪੜ੍ਹ ਨਹੀਂ ਸਕਦੇ ਤਾਂ ਅੱਜ ਆਪਾਂ ਗੱਲ ਵੀ ਕਰ ਲਈਏ ਆਮ ਦੀ ਤਰ੍ਹਾਂ ਇੱਕ ਚੈਪਟਰ ਦੀ ਆਪਾਂ ਗੱਲਬਾਤ ਕਰ ਲਈ ਅਤੇ ਬਹੁਤੇ ਆ ਵੀ ਜੇ ਅਸੀਂ ਸਮਝਾਂਗੇ ਉਸ ਚੀਜ਼ ਨੂੰ ਅਸੀਂ ਵੀ ਇਸ ਨੂੰ ਮੰਨ ਕੇ ਲੈ ਰਹੇ ਵੀ ਯਾਰ ਕਰ ਲਿਆ ਵਾ ਠੀਕ ਆ ਜਨਮ ਦਿਹਾੜਾ ਸੀਗਾ ਚਾਰਟ ਬਣਾ ਲਏ ਨਾਲ ਇੰਨੇ ਤਾਂ ਸਮਾਪਤ ਇੰਨੇ ਤਾਂ ਸਮਾਪਤ ਨਹੀਂ ਹੁੰਦਾ ਇਸ ਤੋਂ ਅੱਗੇ ਇੱਕ ਵਿਚਾਰਧਾਰਾ ਉਸ ਵਿਚਾਰਧਾਰਾ ਨੂੰ ਜਿਹੜੀ ਸਾਨੂੰ ਸਮਾਜ ਦੇ ਵਿੱਚ ਲਿਜਾਣ ਦੀ ਲੋੜ ਆ ਤਾਂ ਕਰਕੇ ਆਪਾਂ ਜਿਹੜੇ ਆ ਇਕੱਠੇ ਹੋਵਾਂਗੇ ਤੁਹਾਨੂੰ ਵੀ ਇਹ ਬੇਨਤੀ ਆ ਕਿ ਉਸ ਵਿਚਾਰਧਾਰਾ ਨੂੰ ਆਪਣੇ ਤਰੀਕੇ ਨਾਲ ਪੜ੍ਹੋ ਤੁਸੀਂ ਪੜ੍ਹੋ ਉਸ ਨੂੰ ਸਮਝੋ ਅਤੇ ਉਸ ਨੂੰ ਇਕੱਠੇ ਹੋ ਕੇ ਆਪਾਂ ਵਿਚਾਰਾਂਗੇ ਦੁਬਾਰੇ ਵੀ ਵਿਚਾਰਾਂਗੇ ਅਤੇ ਆਪਾਂ ਜਿਹੜਾ ਵਿਦਿਆਰਥੀ ਨੂੰ ਉਹ ਕੰਮ ਵਿਦਿਆਰਥੀ ਨੂੰ ਜਿਹੜਾ ਸਾਡੇ ਸ਼ਹੀਦਾਂ ਬਾਰੇ ਰੱਖਣਾ ਅਤੇ ਉਸ ਸਮਾਜ ਦੀ ਸਿਰਜਣਾ ਦੇ ਲਈ ਵਿਦਿਆਰਥੀ ਅਹਿਮ ਰੋਲ ਅਦਾ ਕਰ ਸਕਦਾ ਸਮਾਜ ਦੇ ਹਰ ਕਿੱਤੇ ਦੇ ਵਿੱਚ ਵਿਦਿਆਰਥੀ ਨੇ ਜਾਣਾ ਕਰਤਾਰ ਸਿੰਘ ਸਰਾਭਾ ਵੀ ਇੱਕ ਵਿਦਿਆਰਥੀ ਇਸ ਕਰਕੇ ਸਾਡੇ ਲਈ ਉਹਨਾਂ ਦਾ ਵੱਡਾ ਮਹੱਤਵ ਇਹ ਹੈਗਾ ਵੀ ਉਹਨਾਂ ਨੇ ਆਪਣੇ ਵਿਦਿਆਰਥੀ ਜੀਵਨ ਦੇ ਵਿੱਚ ਬਹੁਤ ਵੱਡੀਆਂ ਜਿਹੜੀਆਂ ਮੱਲਾਂ ਜਿਹੜੀਆਂ ਕਹਿ ਸਕਦੇ ਆਪਾਂ ਜੋ ਵੱਡੇ ਕਾਰਨਾਮੇ ਜਿਹੜੇ ਆ ਉਹਨਾਂ ਨੇ ਕਿਉਂਕਿ ਇੰਨੀ ਛੋਟੀ ਉਮਰ ਦਾ ਜਿਹੜਾ ਸਾਡੇ ਲਈ ਉਹ ਪ੍ਰੇਰਨਾ ਸਰੋਤ ਇਸ ਕਰਕੇ ਅਸੀਂ ਉਹਨਾਂ ਨੂੰ ਪੜ੍ਹਨਾ ਗਾ ਬਾਕੀ ਸਾਡੇ ਸਭ ਤੋਂ ਵਧੀਆ ਗੱਲਬਾਤ ਹੈ ਮੈਂ ਬਸ ਦੋ ਕੀ ਗੱਲਾਂ ਕਹਿਣੀਆਂ ਨੇ ਜੀ
ਠੰਡੇ ਰੂਪ ਦੇ ਵਿੱਚ ਪੈਕੇਜ ਸੀ ਤੇ ਉਸ ਤੋਂ ਬਾਅਦ ਹੋਰ ਵੀ ਚਲੋ ਲਹਿਰਾਂ ਉੱਠੀਆਂ ਨੇ ਇਹ ਤਾਂ ਹੈਗੀ ਸੀ ਉਹਨਾਂ ਦੇ ਬਾਰੇ ਗੱਲ ਤੇ ਹੁਣ ਸਾਨੂੰ ਅੱਗੇ ਕੀ ਕਰਨਾ ਚਾਹੀਦਾ ਹੁਣ ਜੇ ਅੱਗੇ ਦੀ ਗੱਲ ਕਰੀਏ ਤਾਂ ਅੱਜ ਦੇ ਉਸ ਹਾਲਾਤਾਂ ਨੂੰ ਤੇ ਅੱਜ ਦੇ ਹਾਲਾਤਾਂ ਨੂੰ ਵੇਖੀਏ ਨਾ ਤਾਂ ਅੱਜ ਵੀ ਹਾਲਾਤ ਉਸ ਤਰੀਕੇ ਨਾਲ ਹੀ ਪੈਣਗੇ ਅੱਜ ਵੀ ਨੌਜਵਾਨ ਉਸ ਤਰੀਕੇ ਨਾਲ ਹੀ ਬਾਹਰੇ ਜਾ ਰਹੇ ਨੇਗੇ ਆਹ ਜਿਹੜੀਆਂ ਆਪਾਂ ਦੇਖਦੇ ਹਾਂ ਵੀ ਡੌਂਕੀਆਂ ਲੱਗਦੀਆਂ ਨੇ ਕਿ ਆਹ ਪਿੱਛੇ ਆਹ ਹੁਣੀ ਪਟਿਆਲੇ ਦੀ ਅਰਬਨ ਸਟੇਟ ਦੀ ਆਈ ਆ ਸਾਹਮਣੇ ਵੀ ਉਹ ਜਨਤਾ ਜਿਹੜਾ ਇੰਨੇ ਪੈਸੇ ਲੈ ਕੇ ਭੱਜ ਜਾਂਦਾ ਸਾਡੇ ਅੱਜ ਨੌਜਵਾਨਾਂ ਨਾਲ ਬੜਾ ਧੋਖਾ ਹੋ ਰਿਹਾ ਬਹੁਤ ਜ਼ਿਆਦਾ ਜਲੰਧਰ ਦੀ ਇੱਕ ਨਿਊਜ਼ ਆ ਰਹੀ ਆ ਉੱਥੇ ਕਰੋੜਾਂ ਹੀ ਰੁਪਏ ਖਾ ਗਿਆ ਅਤੇ ਇੱਕ ਉਹ ਦੇਖਿਆ ਵੀ 12 ਮੁੰਡੇ ਜਿਹੜੇ ਏਜੰਟ ਭੇਜ ਰਹੇ ਆ ਅਤੇ ਉਹਦੇ ਵਿੱਚ ਸਿਰਫ ਡੌਂਕੀ ਲਾ ਕੇ ਚਲੋ ਬਾਰਡਰ ਪਾਰ ਕਰਕੇ 4 ਪਹੁੰਚ ਗਏ ਅਤੇ ਬਾਕੀ ਐਵੇਂ ਮਾਵਾਂ ਦੇ ਪੁੱਤ ਨੇ ਜਿਹੜੇ ਮਰ ਰਹੇ ਨੇਗੇ ਅਤੇ ਸਾਡੀ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਆ ਇਸ ਤਰੀਕੇ ਨਾਲ ਆ ਜਿਹੜੀ ਉਹ ਫਸ ਚੁੱਕੀ ਆ ਅਤੇ ਸਾਨੂੰ ਪਤਾ ਹੈ ਰੁਜ਼ਗਾਰ ਨਹੀਂ ਮਿਲ ਰਿਹਾ ਉਹ ਕਾਰਨ ਕੀ ਆ ਕਿਉਂਕਿ ਇੱਥੋਂ ਸਾਰਾ ਕੁਝ ਲੁੱਟਿਆ ਜਾ ਰਿਹਾ ਮਸ਼ੀਨੀਕਰਨ ਜਿਹਨੂੰ ਭੌਤਿਕ ਉਦਯੋਗ ਕਿਹਾ ਜਾਂਦਾ ਹੈ ਜਿਹੜਾ ਭੌਤਿਕਰਨ ਆ ਭੌਤਿਕ ਵਿਗਿਆਨ ਆ ਜਿਹੜਾ ਇੰਨਾ ਵੱਧ ਚੁੱਕਿਆ ਆ ਵੀ ਇਹਦੇ ਨੁਕਸਾਨ ਨੇਗੇ ਜਿਹੜੇ ਬਹੁਤ ਜ਼ਿਆਦਾ ਹੋ ਰਹੇ ਨੇ ਮਸ਼ੀਨੀਕਰਨ ਜਿਹਨੂੰ ਕਹਿੰਦੇ ਆ ਭੌਤਿਕ ਵਿੱਚ ਮਸ਼ੀਨੀਕਰਨ ਆ ਜਾਂਦਾ ਆ ਤਾਂ ਇਹ ਮਸ਼ੀਨੀਕਰਨ ਸਿਰਫ ਅਤੇ ਸਿਰਫ ਕਾਰਪੋਰੇਟ ਦੇ ਮੁਨਾਫੇ ਲਈ ਹੀ ਕੀਤਾ ਜਾ ਰਿਹਾ ਅੱਜ ਸਾਨੂੰ ਕਹਿ ਰਹੇ ਨੇ ਵੀ ਝੋਨੇ ਦੀ ਜਿਹੜੀ ਲਵਾਈ ਆ ਹੈ ਨਾ ਵੀ ਆਹ ਉਹਦੇ ਵਿੱਚ ਉਹ ਭਈ ਸਿੱਧੀ ਬਿਜਾਈ ਕਰ ਉਹਦੇ ਨਾਲ ਕੋਈ ਪਾਣੀ ਪੂਣੀ ਦਾ ਕੋਈ ਮਸਲਾ ਨਹੀਂ ਹੱਲ ਹੋਣ ਵਾਲਾ ਠੀਕ ਹੈ ਉਹਦੇ ਨਾਲ ਬਸ ਇਹ ਹੋਣਾ ਆ ਵੀ ਲੇਬਰ ਦਾ ਖਰਚਾ ਘੱਟ ਜਾਣਾ ਇੱਦਾਂ ਦਾ ਮਤਲਬ ਉਹ ਅੱਜ ਪਾਣੀ ਦੇ ਮੁੱਦੇ ਸਾਡੇ ਸਾਹਮਣੇ ਪਏ ਨੇਗੇ ਬਹੁਤ ਜਿਹੜੇ ਰੁਜ਼ਗਾਰ ਦਾ ਮੁੱਦਾ ਪਿਆ ਨੌਜਵਾਨਾਂ ਵਿੱਚ ਅੱਜ ਕੱਲ੍ਹ ਚਿੱਟੇ ਦੀ ਬੜੀ ਚੱਲ ਰਹੀ ਆ ਮਾਵਾਂ ਇੰਨੀਆਂ ਰੋਕੀਆਂ ਨੇਗੀਆਂ ਕਿੰਨੇ ਦੇ ਸੁੱਤ ਮਾਰ ਕੇ ਕਈ ਪਿੰਡਾਂ ਦੀਆਂ ਅੱਛੀ ਖਬਰਾਂ ਸੁਣਨੀਆਂ ਹੋਣੀਆਂ ਅਤੇ ਅੱਜ ਸਾਨੂੰ ਇਹੀ ਗੱਲ ਜਿਹੜੀ ਉਹਨੂੰ ਵੀ ਅਸੀਂ ਕਹਿ ਰਹੇ ਹਾਂ ਵੀ ਇੱਕ ਤਾਂ ਜਿਹੜੀ ਉਹਨਾਂ ਨੇ ਜਥੇਬੰਦ ਹੋ ਕੇ ਕਰਤਾਰ ਸਿੰਘ ਸਰਾਭੇ ਉਹਨਾਂ ਨੇ ਜਿਵੇਂ ਉਹਨਾਂ ਨੇ ਗਦਰ ਮਚਾਉਣ ਲਈ ਉੱਥੇ ਕਨੇਡਾ ਦੇ ਵਿੱਚ ਅਮੈਰੀਕਾ ਦੇ ਵਿੱਚ ਲੋਕਾਂ ਨੂੰ ਆਪਣੇ ਭਾਰਤੀ ਲੋਕਾਂ ਨੂੰ ਚੇਤਨ ਕਰਕੇ ਇੱਥੇ ਲੜਨ ਲਈ ਇਕੱਠਾ ਕੀਤਾ ਅਤੇ ਸਾਨੂੰ ਅੱਜ ਸਾਡੇ ਪੰਜਾਬ ਦੇ ਵਿੱਚ ਹੀ ਅਸੀਂ ਪੰਜਾਬ ਤੋਂ ਹਾਂ ਤਾਂ ਸਾਨੂੰ ਅੱਜ ਆਪਣੇ ਇੱਥੇ ਜਿਹੜੇ ਨੌਜਵਾਨਾਂ ਨੂੰ ਇਕੱਠੇ ਕਰ